ਪੈਰਿਸ 올림픽 ਤੋਂ ਬਾਹਰ ਹੋਈ ਪੀਵੀ ਸਿੰਧੂ। ਪ੍ਰੀ ਕੁਆਟਰ ਫਾਈਨਲ 'ਚ ਹਾਰ ਕਾਰਨ ਟੁੱਟਿਆ ਸੁਪਨਾ। ਵੱਡਾ ਰਿਕਾਰਡ ਬਣਾਉਣ ਤੋਂ ਵੀ ਖੁੰਝੀ ਪੀਵੀ ਸਿੰਧੂ। ਸਟਾਰ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਪੈਰਿਸ 올림픽 2024 ਦੇ ਪ੍ਰੀ ਕੁਆਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਚੀਨ ਦੀ ਹੀ ਬਿੰਗ ਜਿਓ ਤੋਂ 21-19 ਅਤੇ 21-14 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਪੈਰਿਸ 올림픽 ਵਿੱਚ ਉਸਦਾ ਸਫ਼ਰ ਖਤਮ ਹੋ ਗਿਆ। ਇਸ ਦੇ ਨਾਲ ਹੀ ਉਹ ਵੱਡਾ ਰਿਕਾਰਡ ਬਣਾਉਣ ਤੋਂ ਵੀ ਖੁੰਝ ਗਈ ਹੈ। ਸਿੰਧੂ ਚੀਨੀ ਖਿਡਾਰੀਆਂ ਦੇ ਸਾਹਮਣੇ ਟਿਕ ਨਹੀਂ ਸਕੀ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਹਿਲੀ ਵਾਰ ਹੈ ਜਦੋਂ ਸਿੰਧੂ ਬਿਨਾਂ ਤਗਮੇ ਦੇ 올림픽 ਤੋਂ ਵਾਪਸੀ ਕਰੇਗੀ। ਇਸ ਤੋਂ ਪਹਿਲਾਂ ਉਹ 2 올림픽 ਖੇਡ ਚੁੱਕੇ ਹਨ ਅਤੇ ਦੋਵਾਂ ਦੇ ਵਿੱਚ ਤਗਮੇ ਜਿੱਤੇ ਨੇ। ਪੀਵੀ ਸਿੰਧੂ ਨੇ 올림픽 ਵਿੱਚ 2 ਤਗਮੇ ਜਿੱਤੇ ਨੇ। ਉਸਨੇ ਰੀਓ 올림픽  2016 ਦੇ ਵਿੱਚ ਚਾਂਦੀ ਦਾ ਤਗਮਾ ਅਤੇ ਟੋਕੀਓ 올림픽  2020 ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਟੋਕੀਓ ਵਿੱਚ ਉਸਨੇ ਚੀਨ ਦੀ ਹੀ ਬਿੰਗ ਜਿਓ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ, ਪਰ ਬਿੰਗ ਜਿਓ ਨੇ ਉਸ ਨੂੰ ਹਰਾ ਕੇ ਪੁਰਾਣੇ ਸਕੋਰ ਦਾ ਨਿਪਟਾਰਾ ਕਰ ਲਿਆ। ਜੇਕਰ ਸਿੰਧੂ ਨੇ ਪੈਰਿਸ 올림픽  'ਚ ਤਗਮਾ ਜਿੱਤਿਆ ਹੁੰਦਾ ਤਾਂ ਉਹ 올림픽 ਦੇ ਇਤਿਹਾਸ 'ਚ ਲਗਾਤਾਰ 3 ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਜਾਂਦੀ, ਪਰ ਅਜਿਹਾ ਨਹੀਂ ਹੋ ਸਕਿਆ। ਜਿਓ ਨੇ ਸਿੰਧੂ ਦਾ ਸੁਪਨਾ ਤੋੜ ਦਿੱਤਾ।